ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਜੀ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਮੋਕੇਸ਼ ਅੰਬਾਨੀ ਬਾਰੇ ਆਈ ਵੱਡੀ ਖਬਰ ਪੂਰੇ ਦੇਸ਼ ਭਰ ਚ ਹੋਊਗੀ ਚਰਚਾ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜੁੜੇ ਰਹੋ ਸਰਕਾਰ ਨੇ ਰਿਲਾਇੰਸ ਕੰਪਨੀ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਸ਼ੰਬਾਨੀ ਦੀ ਸੁਰੱਖਿਆ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਗ੍ਰਹਿ ਮੰਤਰਾਲੇ ਨੇ ਮੁਕੇਸ਼ ਸ਼ੰਬਾਨੀ ਦੀ ਸੁਰੱਖਿਆ ਜੈਡ ਤੋਂ ਵਧਾ ਕੇ ਜੈਡ ਪਲੱਸ ਕਰਨ ਦਾ ਫੈਸਲਾ ਕੀਤਾ ਹੈ ਗ੍ਰਹਿ ਮੰਤਰਾਲੇ ਨੇ ਮੁਕੇਸ਼ ਸ਼ੰਬਾਨੀ ਦੀ ਸੁਰੱਖਿਆ ਨੂੰ ਖਤਰੇ ਬਾਰੇ ਖੂਫੀਆ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਸੁਰੱਖਿਆ ਨੂੰ ਅਪਗ੍ਰੇਡ ਕੀਤਾ ਹੈ ਮੁਕੇਸ਼ ਸ਼ੰਬਾਨੀ ਨੂੰ ਹੁਣ ਜੈਡ ਪਲੱਸ ਸੁਰੱਖਿਆ ਦਿੱਤੀ ਗਈ ਇਸ ਲਈ ਸੁਰੱਖਿਆ ਚੋਠ 58 ਕਮਾਂਡੋ ਤਾਇਨਾਤ ਰਹਿਣਗੇ ਉਹਨਾਂ ਨੂੰ ਸੁਰੱਖਿਆ ਦਾ ਸਾਰਾ ਖਰਚਾ ਚੁਕਾਉਣਾ ਪਵੇਗਾ ਦਰਸਲ ਪਿਛਲੇ ਸਾਲ ਮੁੰਬਈ ਚ ਉਹਨਾਂ ਦੇ ਘਰ ਅੰਟੀਲਾ ਚ ਬੰਬ ਧਮਕੀ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਉਹਨਾਂ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਮੰਤਨ ਚੱਲ ਰਿਹਾ ਸੀ ਫਰਵਰੀ 2021 ਚ 20 ਜੈਲੇਟਿਨ ਸਟਿਕਸ ਨਾਲ ਲੈਸ ਇੱਕ ਸਕਾਰਪੀਓ ਗੱਡੀ ਲੈਂਟਾ ਨੇੜੇ ਖਾਲੀ ਪਾਈ ਕਿ ਜਿਸ ਤੋਂ ਬਾਅਦ ਐਨਆਈ ਨੇ ਇਸ ਦੀ ਜਾਂਚ ਕੀਤੀ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਧਮਕੀ ਦੇਣ ਦੇ ਦੋਸ਼ਾਂ ਵਿੱਚ ਬੋਰੀਵਾਲੀ ਪੱਛਮੀ ਚ ਇੱਕ ਵਿਅਕਤੀ ਨੂੰ ਹਿਰਾਸਤ ਤੋਂ ਲਿਆ ਗਿਆ ਧਰਮੀ ਕੀਦੀ ਕਾਲ ਮਿਲਣ ਤੋਂ ਬਾਅਦ ਰਿਲਾਇੰਸ ਦੇ ਮੁਕੇਸ਼ ਸ਼ੰਬਾਨੀ ਦੀ ਤਰਫੋਂ ਪੁਲਿਸ ਦੇ ਕੋਲੇ ਸ਼ਿਕਾਇਤ ਵੀ ਦਰਜ